ਦੁਨੀਆ ਭਰ 'ਚ ਵੱਸਦੀ ਸਮੁੱਚੀ ਆਲੂਵਾਲੀਆ ਬਰਾਦਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਅਸੀਂ ਇੱਕ ਬਹੁਤ ਵੱਡਾ ਦਿਨ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਸਾਡੀ ਬਰਾਦਰੀ ਦੀ ਮੈਗਜ਼ੀਨ ਆਲੂਵਾਲੀਆ ਟੂਡੇ ਨੂੰ 10 ਸਾਲ ਪੂਰੇ ਹੋ ਚੁੱਕੇ ਨੇ ਜੀ। 10 ਸਾਲ ਮੈਗਜ਼ੀਨ ਨੂੰ, 10 ਸਾਲ ਸਾਡੇ ਮੈਗਜ਼ੀਨ ਦੇ ਚੈਨਲ ਨੂੰ, ਅਤੇ ਨਾਲ 10 ਸਾਲ ਆਲੂਵਾਲੀਆ ਟੂਡੇ ਮੈਟਰੀਮੋਨੀਅਲ ਸਰਵਿਸ ਨੂੰ। ਇਹਨਾਂ ਸਾਲਾਂ ਦੇ ਵਿੱਚ ਜਿਹੜੇ ਜਿਹੜੇ ਪਰਿਵਾਰ ਨੇ ਸਾਡੇ ਨਾਲ, ਚਾਹੇ ਕਿਸੇ ਪਰਿਵਾਰ ਨੇ 0.1% ਵੀ ਸਾਡਾ ਸਹਿਯੋਗ ਕੀਤਾ, ਅਸੀਂ ਉਹਨਾਂ ਦਾ, ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ, ਉਹਨਾਂ ਦਾ ਹੱਥ ਜੋੜ ਕੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਬਗੈਰ ਇਹ ਪ੍ਰਾਪਤੀ ਲੈਣੀ ਬਹੁਤ ਮੁਸ਼ਕਿਲ ਸੀ। ਮਹਾਰਾਜ ਦੀ ਹਰ ਕਿਰਪਾ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਸਾਡੀ ਮੈਗਜ਼ੀਨ, ਸਾਡੇ ਚੈਨਲ, ਸਾਡੇ ਪਲੇਟਫਾਰਮ ਨੂੰ 10 ਸਾਲ ਕੰਪਲੀਟ ਹੋ ਗਏ ਨੇ ਜੀ। ਅਤੇ ਪਿਛਲੇ ਇੰਨੇ ਸਾਲਾਂ ਦੇ ਵਿੱਚ ਜੋ ਕੁਛ ਅਸੀਂ ਸਫ਼ਰ ਤੈਅ ਕਰਕੇ, ਔਕੜਾਂ ਝੱਲ ਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ, ਅਸੀਂ ਜਾਣਦੇ ਹਾਂ ਕਿ ਵੀ ਇਹ ਉਹ ਚੀਜ਼ਾਂ ਐਕਸਪਲੇਨ ਕਰਨੀਆਂ ਜ਼ਬਾਨੀ ਬਹੁਤ ਔਖੀਆਂ ਨੇ। ਪਰ ਇਸ ਮੌਕੇ 'ਤੇ ਮੈਂ ਖਾਸ ਤੌਰ 'ਤੇ ਸਰਦਾਰ ਹਰਿੰਦਰ ਸਿੰਘ ਆਲੂਵਾਲੀਆ, ਆਲੂਵਾਲੀਆ ਬਰਾਦਰੀ ਦੇ ਨੈਸ਼ਨਲ ਜਨਰਲ ਸੈਕਟਰੀ ਅਤੇ ਆਲੂਵਾਲੀਆ ਟੂਡੇ ਮੈਗਜ਼ੀਨ ਦੇ ਐਡਵਾਈਜ਼ਰ ਇਨ ਚੀਫ, ਵਾਲਬਰੋ ਪ੍ਰਿੰਟਿੰਗ ਪ੍ਰੈੱਸ ਲੁਧਿਆਣੇ ਵਾਲਿਆਂ ਦਾ, ਖਾਸ ਤੌਰ 'ਤੇ ਸਾਡੇ ਬਜ਼ੁਰਗਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜੇ ਉਸ ਗਰਦਿਸ਼ ਦੇ ਸਮੇਂ ਦੇ ਵਿੱਚ ਜਦੋਂ ਸਾਡਾ ਨਾ ਕੋਈ ਮੈਗਜ਼ੀਨ ਦਾ ਐਕਸਪੀਰੀਅੰਸ ਸੀ, ਨਾ ਕੋਈ ਮੈਟ੍ਰੀਮੋਨੀਅਲ ਸਰਵਿਸ ਦਾ ਐਕਸਪੀਰੀਅੰਸ ਸੀ, ਨਾ ਕੋਈ ਪਬਲੀਕੇਸ਼ਨ ਦਾ ਐਕਸਪੀਰੀਅੰਸ ਸੀ, ਨਾ ਕੋਈ ਕਿਸੇ ਵੀ ਇਸ ਰਿਲੇਟਡ ਫੀਲਡ ਦੇ ਵਿੱਚ ਸਾਡਾ ਐਕਸਪੀਰੀਅੰਸ ਨਾ ਹੋਣ ਦੇ ਬਾਵਜੂਦ, ਸਰਦਾਰ ਹਰਿੰਦਰ ਸਿੰਘ ਆਲੂਵਾਲੀਆ ਉਹਨਾਂ ਨੇ, ਸਾਡੇ ਬਜ਼ੁਰਗਾਂ ਨੇ ਸਾਡੇ 'ਤੇ ਜਿਹੜਾ ਭਰੋਸਾ ਜਿਤਾਇਆ, ਅਤੇ ਜਿਵੇਂ ਬਜ਼ੁਰਗ ਬੱਚਿਆਂ ਵਾਂਗ ਸਾਨੂੰ ਪਲੋਸ ਪਲੋਸ ਕੇ ਇੱਥੋਂ ਤੱਕ ਸਾਨੂੰ ਲੈ ਕੇ ਆਏ, ਹਰ ਔਖੀ ਸੌਖੀ ਘੜੀ ਦੇ ਵਿੱਚ ਸਾਡਾ ਸਾਥ ਨਿਭਾਇਆ, ਅਸੀਂ ਸਰਦਾਰ ਹਰਿੰਦਰ ਸਿੰਘ ਆਲੂਵਾਲੀ ਉਹਨਾਂ ਦਾ ਦੇਣਾ ਸ਼ਾਇਦ ਹੀ ਕਦੇ ਦੇ ਸਕੀਏ। ਅਤੇ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਸੀਂ ਇਸ ਮੈਗਜ਼ੀਨ ਦੀ ਰਜਿਸਟ੍ਰੇਸ਼ਨ ਕਰਾ ਰਹੇ ਸੀ ਭਾਰਤ ਸਰਕਾਰ ਤੋਂ, ਅਤੇ ਉਸ ਵੇਲੇ ਸਰਕਾਰ ਦੀ ਗਾਈਡਲਾਈਨਸ ਅਨੁਸਾਰ 2 ਪ੍ਰਿੰਟਿੰਗ ਪ੍ਰੈੱਸ ਦੇ ਸਰਟੀਫਿਕੇਟਸ ਨਾਲ ਲੱਗਣੇ ਫਾਈਲ ਦੇ ਜ਼ਰੂਰੀ ਹੁੰਦੇ ਨੇ ਕਿ ਬਈ ਉਹ ਪ੍ਰਿੰਟਿੰਗ ਪ੍ਰੈੱਸ ਇਸ ਗੱਲ ਦੀ ਲੈਟਰ ਹੈੱਡ ਦੇ ਉੱਤੇ ਲੈ ਕੇ ਸ਼ੋਰਟੀ ਦੇਣ ਕਿ ਬਈ ਇਹ ਜਿਹੜੀ ਮੈਗਜ਼ੀਨ ਰਜਿਸਟਰ ਹੋਣ ਜਾ ਰਹੀ ਹੈ, ਜੇ ਇਹਦੀ ਅਪਰੂਵਲ ਆ ਜਾਂਦੀ ਹੈ ਤਾਂ ਅਸੀਂ ਇਹ ਮੈਗਜ਼ੀਨ ਛਾਪਣ ਲਈ ਤਿਆਰ ਹਾਂ। ਸੋ ਪਹਿਲਾ ਸਰਟੀਫਿਕੇਟ ਤਾਂ ਸਰਦਾਰ ਹਰਿੰਦਰ ਸਿੰਘ ਆਲੂਵਾਲੀਆ ਜੀ ਨੇ, ਵਾਲਬਰੋ ਪ੍ਰਿੰਟਿੰਗ ਪ੍ਰੈੱਸ ਵਾਲੇ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ, ਅਤੇ ਦੂਜਾ ਸਰਟੀਫਿਕੇਟ ਸਾਡੇ ਅੱਜ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਮਮਕ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨੇ ਸਾਨੂੰ ਸਰਟੀਫਿਕੇਟ ਦਿੱਤਾ ਸੀ, ਜਿਸ ਦੇ ਬਾਅਦ ਹੀ ਇਹ ਰਜਿਸਟ੍ਰੇਸ਼ਨ ਸਫਲ ਹੋ ਸਕੀ ਸੀ। ਸੋ ਅੱਜ 10 ਸਾਲ ਹੋ ਗਏ ਨੇ ਜੀ ਇਹਨਾਂ। ਇਹ ਤੋਂ ਇਲਾਵਾ ਹੁਣ ਮੈਂ ਨਾਮ ਲੈਣ ਲੱਗਾਂਗਾ ਤਾਂ ਬਹੁਤ ਲੰਬੀ ਲਿਸਟ ਹੈ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਫਿਰ ਇੱਕ ਵਾਰ ਕਿ ਵੀ ਕਿਸੇ ਨੇ 0.1% ਵੀ ਸਾਡਾ ਸਹਿਯੋਗ ਕੀਤਾ, ਅਸੀਂ ਉਹਦਾ ਵੀ ਰਿਣੀ ਰਵਾਂਗੇ। ਕਿਉਂਕਿ ਇਹ ਜਿਹੜੀ ਚੀਜ਼ ਹੈ ਜੀ, ਮੈਂ ਅੱਜ ਖਾਸ ਤੌਰ 'ਤੇ ਇਹ ਗੱਲ ਮੈਨਸ਼ਨ ਕਰਨੀ ਚਾਹਾਂਗਾ ਕਿ ਸਰਦਾਰ ਮੋਹਨ ਸਿੰਘ ਆਲੂਵਾਲੀਆ ਜੀ, ਕਿਲ੍ਹਾ ਹੰਸ ਵਾਲਿਆਂ ਨੇ, ਕੋਕਾ ਕੋਲਾ ਕੈਂਪਾ ਕੋਲਾ ਵਾਲਿਆਂ ਨੇ ਜਦੋਂ ਆਲੂਵਾਲੀਆ ਕਛੱਤਰੀ ਪੱਤਰਿਕਾ ਸ਼ੁਰੂ ਕੀਤੀ 1930 ਦੇ ਵਿੱਚ, ਅਤੇ ਉਸ ਟਾਈਮ 'ਤੇ ਸਰਦਾਰ ਮੋਹਨ ਸਿੰਘ ਉਹਨਾਂ ਕੋਲ ਬਹੁਤ ਰਿਸੋਰਸਿਸ ਸੀਗੇ,
ਮਹਾਰਾਜ ਦੀ ਕਿਰਪਾ ਸੀ, ਉਹਨਾਂ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਹ ਉਹਨਾਂ ਦਿਨਾਂ ਦੇ ਵਿੱਚ ਲੱਖਾਂ ਰੁਪਇਆ ਮਹੀਨੇ ਦੀ ਖਰਚਣ ਦੀ ਕੈਪੇਬਿਲਟੀ ਰੱਖਦੇ ਸੀ, ਅਤੇ ਉਹਨਾਂ ਦਾ ਬਰਾਦਰੀ ਪ੍ਰਤੀ ਪਿਆਰ ਸੀ ਕਿ ਬਈ ਇਹ ਫਰੀ ਮੈਟਰੀਮੋਨੀਅਲ ਸਰਵਿਸ ਜਿਹੜੀ ਇੱਕ ਮੁਹਿੰਮ ਜਿਹੜੀ ਸ਼ੁਰੂ ਹੋਈ, ਇਹਦੇ ਸ਼ੁਰੂ ਕਰਨ ਵਾਲੇ ਸਰਦਾਰ ਮੋਹਨ ਸਿੰਘ ਆਲੂਵਾਲੀਆ ਸੀਗੇ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜੇ ਕਹੀਏ ਬਰਾਦਰੀ ਦੇ ਕਿੰਨੇ ਕੁ ਪਰਿਵਾਰ ਇਹੋ ਜਿਹੇ ਸੀ ਜਿਹੜੇ ਜਗੀਰਦਾਰ ਸੀਗੇ, ਜਾਂ ਕਿੰਨੇ ਕੁ ਪਰਿਵਾਰ ਇਹੋ ਜਿਹੇ ਸੀ ਜਿਹੜੇ ਫਾਈਨੈਂਸ਼ਲੀ ਬਹੁਤ ਸਾਊਂਡ ਸੀਗੇ। ਅਸੀਂ ਜਾਣਦੇ ਹਾਂ ਉਹ ਦੌਰ ਸੀਗਾ ਜਦੋਂ ਦਾਣਿਆਂ ਵੱਟੇ ਦਾ ਘਰ ਦੇ ਸੌਦੇ ਆਉਂਦੇ ਹੁੰਦੇ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਮੋਹਨ ਸਿੰਘ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਬਰਾਦਰੀ ਦੀ ਆਪਣੇ ਮੋਢਿਆਂ 'ਤੇ ਲੈ ਲਈ। ਇਹ ਗੱਲ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀਗੇ ਕਿ ਸਰਦਾਰ ਮੋਹਨ ਸਿੰਘ ਉਹਨਾਂ ਕੋਲ ਜਦੋਂ ਬਰਾਦਰੀ ਦੇ ਨੁਮਾਇੰਦੇ ਇਕੱਠੇ ਹੋ ਕੇ ਗਏ ਕਿ ਜੀ ਮੈਗਜ਼ੀਨ ਸ਼ੁਰੂ ਕਰ ਲਈ ਕਿ ਦਫ਼ਤਰ ਦੀ ਵੀ ਲੋੜ ਆ, ਅਤੇ ਸਰਦਾਰ ਮੋਹਨ ਸਿੰਘ ਉਹਨਾਂ ਨੇ ਕਿਉਂਕਿ ਕਨੌਟ ਪਲੇਸ ਅੱਧਾ ਤਾਂ ਉਹਨਾਂ ਦਾ ਬਣਾਇਆ ਸੀ, ਅਤੇ ਐਮ ਬਲੋਕ ਦਾ ਇੱਕ ਦਫ਼ਤਰ ਖਾਲੀ ਕਰਕੇ ਅਤੇ ਇੱਕ ਉੱਥੇ ਮੈਗਜ਼ੀਨ ਦਾ ਆਪਣਾ ਦਫ਼ਤਰ ਸ਼ੁਰੂ ਕਰਾ ਦਿੱਤਾ ਜੀ। ਅੱਜ ਵੀ ਮੇਰੇ ਕੋਲ 1975 ਦਾ ਇੱਕ ਇਸ਼ੂ ਸਾਡੇ ਦਾਦਾ ਜੀ ਦਾ ਸਾਂਭਿਆ ਹੋਇਆ, ਮੇਰੇ ਕੋਲ ਅੱਜ ਸਾਂਭਿਆ ਹੋਇਆ ਸਾਡਾ ਖਜ਼ਾਨਾ, ਉਹਦੇ ਉੱਤੇ ਵੀ ਐਮ ਬਲੋਕ ਦਾ ਐਡਰੈਸ ਬੜਾ ਵਧੀਆ ਦੇਖਣ ਨੂੰ ਮਿਲਦਾ ਜੀ। ਸੋ ਪਰ ਇਹ ਅਫਸੋਸ ਹੈ ਜੀ ਕਿ ਇਹ ਗੱਲ ਕੀ ਹੁੰਦੀ ਹੈ, ਸਰਦਾਰ ਮੋਹਨ ਸਿੰਘ ਕੋਕਾ ਕੋਲ ਵਾਲਿਆਂ ਨੇ ਮੈਗਜ਼ੀਨ ਸ਼ੁਰੂ ਕੀਤੀ 1975 ਦੇ ਵਿੱਚ, ਉਹਦਾ ਲਾਸਟ ਇਸ਼ੂ ਨਿਕਲਿਆ, ਉਹ ਬੰਦ ਹੋ ਗਿਆ ਕਿਉਂਕਿ ਉਸ ਜਦੋਂ ਉਸ ਪਰਿਵਾਰ ਨੇ ਇੰਟਰਸਟ ਲੈਣਾ ਬੰਦ ਕਰਤਾ ਉਹ ਮੈਗਜ਼ੀਨ ਬੰਦ ਹੋ ਗਈ। ਸ਼੍ਰੀ ਅਮਰਨਾਥ ਆਲੂਵਾਲੀਆ ਜੀ ਨੇ ਚੰਡੀਗੜ੍ਹ ਆਲੂਵਾਲੀਆ ਗਜ਼ਟ ਕੱਟੀ ਜੀ, ਅਤੇ ਉਹ ਮੈਗਜ਼ੀਨ 45 ਸਾਲ ਬਰਾਦਰੀ ਦੀ ਸੇਵਾ ਕੀਤੀ, ਜਿਸ ਦਿਨ ਅੰਕਲ ਪੂਰੇ ਹੋਏ ਉਸ ਦਿਨ ਉਹ ਮੈਗਜ਼ੀਨ ਬੰਦ ਹੋ ਗਈ ਜੀ। ਜੋਸ਼ ਸਾਹਿਬ ਨੇ ਜਲੰਧਰ ਤੋਂ ਆਲੂਵਾਲੀਆ ਸੰਸਾਰ ਚਲਾਈ ਜੀ, ਅਤੇ ਉਹ ਜਿਸ ਦਿਨ ਜੋਸ਼ ਸਾਹਿਬ ਪੂਰੇ ਹੋਏ ਅਤੇ ਉਸ ਦਿਨ ਉਹ ਮੈਗਜ਼ੀਨ ਬੰਦ ਹੋ ਗਈ ਜੀ। ਵਿੱਚ ਵਿਚਾਲੇ ਸਾਡੇ ਹੋਰ ਬੜੇ ਬਜ਼ੁਰਗ ਸਰਦਾਰ ਜਗਜੀਤ ਸਿੰਘ ਆਲੂਵਾਲੀਆ ਅੰਮ੍ਰਿਤਸਰ ਵਾਲਿਆਂ ਨੇ ਸਾਬਕਾ ਡਾਇਰੈਕਟਰ ਪ੍ਰਿੰਟਿੰਗ ਐਂਡ ਪਬਲੀਕੇਸ਼ਨ ਅੰਮ੍ਰਿਤਸਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਾਲਿਆਂ ਨੇ ਵੀ ਆਲੂਵਾਲੀਆ ਸੰਸਾਰ ਹੀ ਦੁਆਰਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ 3 ਇਸ਼ੂਜ਼ ਤੋਂ ਬਾਅਦ ਉਹਨਾਂ ਨੂੰ ਵੀ ਬੰਦ ਕਰਨਾ ਪੈ ਗਿਆ। ਸੋ ਬੜੇ ਅਟੈਂਪਟਸ ਹੋਏ ਲੇਕਿਨ ਮੈਗਜ਼ੀਨਾਂ ਬੰਦ ਹੁੰਦੀਆਂ ਰਹੀਆਂ। ਅੱਜ ਦੀ ਜ਼ਰੂਰਤ ਹੈ ਜੀ ਕਿ ਮੈਂ ਹੁਣ ਕਿਸੇ ਇੱਕ ਅਦਾਰੇ ਦਾ ਨਾਂ ਲਊਂਗਾ ਤਾਂ ਚੰਗਾ ਨਹੀਂ ਲੱਗਦਾ, ਸਾਡੇ ਮੂਹਰੇ ਲਾਈਵ ਐਗਜ਼ਾਮਪਲਸ ਨੇ ਸਾਡੇ ਕੋਲ ਅੱਜ ਨੇ ਕਿ ਬਈ ਮੈਗਜ਼ੀਨਾਂ ਬਿਫੋਰ ਪਾਰਟੀਸ਼ਨ, ਨਿਊਜ਼ ਪੇਪਰਸ ਬਿਫੋਰ ਪਾਰਟੀਸ਼ਨ ਸ਼ੁਰੂ ਹੋਏ ਅਤੇ ਅੱਜ ਤੱਕ ਬੜੇ ਧੜੱਲੇ ਨਾਲ ਬਹੁਤ ਜ਼ੋਰਾਂ 'ਤੇ ਚੱਲ ਰਹੇ ਨੇ, ਟਰੱਸਟ ਬਣੇ ਹੋਏ ਨੇ ਬੜੇ ਵੱਡੇ ਵੱਡੇ, ਅਤੇ ਉਹਨਾਂ ਦੇ ਅੱਜ ਤੱਕ ਉਹ ਜਿਹੜੇ ਪਬਲੀਕੇਸ਼ਨਸ ਨੇ ਰਨ ਕਰ ਰਹੀਆਂ ਨੇ। ਕਿਉਂ ਕਰ ਰਹੀਆਂ ਨੇ? ਕਿਉਂਕਿ ਉਹ ਫਾਈਨੈਂਸ਼ਲੀ ਸਾਊਂਡ ਕੀਤਾ ਗਿਆ ਉਸ ਅਦਾਰੇ ਨੂੰ, ਉਸ ਟਰੱਸਟ ਨੂੰ ਜਿਹੜੇ ਕਿ ਇਹ ਚੀਜ਼ਾਂ ਰਨ ਕਰ ਰਹੇ ਸੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਫੋਰ ਅਸ ਕਿ ਅਸੀਂ ਅੱਜ ਸੇਵਾ ਕਰ ਰਹੇ ਹਾਂ, ਅੱਜ ਦੇ ਜੋ ਲਾਈਫ ਸਟਾਈਲ ਹੈ, ਜੋ ਅੱਜ ਦੀ ਸਥਿਤੀਆਂ ਨੇ, ਕਿਸੇ ਦਾ ਕੀ ਪਤਾ ਜੀ ਕੌਣ ਕਿੰਨਾ ਚਿਰ ਹੈਗਾ, ਪਰ ਇਟ ਇਜ਼ ਇੰਪੋਰਟੈਂਟ ਫੋਰ ਅਸ ਕਿ ਅਸੀਂ ਜਿੰਨਾ ਚਿਰ ਹੈਗੇ ਹਾਂ ਇਹ ਕੋਸ਼ਿਸ਼ ਕਰੀਏ ਕਿ ਇਹ ਹੁਣ ਜਿਹੜੀ ਅਸੀਂ ਹਿੰਮਤ ਕਰਕੇ ਦੁਬਾਰਾ ਜ਼ੀਰੋ ਤੋਂ ਸ਼ੁਰੂ ਕਰ ਲਈ, ਮਾਡਰਨ ਅਪਗ੍ਰੇਡੇਸ਼ਨਸ ਕਰਕੇ ਉਹਨੂੰ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦਾ, ਸਾਡੇ ਤੋਂ ਬਾਅਦ ਵਾਲੀ ਪੀੜ੍ਹੀ ਕੀ ਕਰਦੀ ਹੈ ਕੀ ਨਹੀਂ ਕਰਦੀ ਹੈ ਸਾਨੂੰ ਤਾਂ ਨਹੀਂ ਪਤਾ, ਪਰ ਜੇ ਇਹ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਕਿ ਇੱਕ ਤਾਂ ਇਹ ਚੀਜ਼ ਸਦਾ ਬਹਾਰ ਰਹੇ, ਅਸੀਂ ਚਲੇ ਵੀ ਜਾਈਏ ਸਾਡੇ ਤੋਂ ਬਾਅਦ ਵੀ ਜਿਹੜੀ ਪੀੜ੍ਹੀ ਹੈ ਉਹ ਇਸ ਚੀਜ਼ ਨੂੰ ਚਲਾਉਂਦੀ ਰਹੇ, ਅਤੇ ਦੂਜੀ ਗੱਲ ਇੰਪੋਰਟੈਂਟ ਕਿ ਸਾਡੇ ਤੋਂ ਬਾਅਦ ਇਮੀਡੀਏਟ ਬਾਹਰ ਰਹਿੰਦੇ ਰਹਿੰਦੇ ਸਾਨੂੰ ਬੰਦੇ ਨੌਜਵਾਨ ਟ੍ਰੇਨਡ ਕਰਕੇ ਜਾਣੇ ਚਾਹੀਦੇ ਆ ਜਿਹੜੇ ਸਾਡੇ ਤੋਂ ਬਾਅਦ ਇਸ ਚੀਜ਼ ਨੂੰ ਰਿਸਪੋਂਸੀਬਿਲਟੀ ਲੈਣ। ਸੋ ਇਹ ਬੜੇ ਜ਼ਿਲ੍ਹਿਆਂ ਦੇ ਪ੍ਰਧਾਨ, ਬੜੇ ਸਟੇਟਾਂ ਦੇ ਪ੍ਰਧਾਨ ਬਰਾਦਰੀ ਦੇ ਇਹੋ ਜਿਹੇ ਰਹੇ ਜਿਹੜੇ ਬੜੇ ਐਕਟਿਵ ਸੀ, ਲੇਕਿਨ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਨਿਕਲਿਆ। ਸੋ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਅੱਜ ਕੰਮ ਕਰ ਰਿਹਾ, ਮੈਂ ਆਪਣੇ ਦਾਦਾ ਜੀ ਦੀ ਲੀਕ ਫੋਲੋ ਕਰ ਰਿਹਾ, ਮੇਰੇ ਦਾਦਾ ਜੀ ਨੇ ਆਪਣੇ ਫਾਦਰ, ਆਪਣੇ ਪੜਦਾਦਾ
ਮੇਰੇ ਲੱਕੜ ਦਾਦਾ ਲੋਹੇ ਦਾਦਿਆਂ ਦੀ ਲੀਕ ਫੋਲੋ ਕੀਤੀ, ਮੈਂ ਕਰ ਰਿਹਾ, ਪਤਾ ਨਹੀਂ ਮੇਰੇ ਬੱਚੇ ਕਰਨਗੇ ਕਿ ਨਹੀਂ ਕਰਨਗੇ, ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨਾਂ ਨੂੰ ਇਹ ਲਗਨ ਲਾਵਾਂ, ਪਰ ਜੇ ਨਾ ਕਰਨ ਤਾਂ ਘੱਟੋ ਘੱਟ ਕਿ ਕੋਈ ਇੱਕ ਇਹੋ ਜਿਹਾ ਬੰਦਾ ਦੇਖ ਕੇ ਸਾਨੂੰ ਜ਼ਰੂਰ ਉਹਨਾਂ ਨੂੰ ਜ਼ਿੰਮੇਵਾਰੀ, ਉਹਨਾਂ ਨੂੰ ਟ੍ਰੇਨਡ ਕਰਨਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਨੇ ਕਿ ਸਾਡੇ ਤੋਂ ਬਾਅਦ ਵੀ ਇਹ ਚੀਜ਼ਾਂ ਰੁਕਣ ਨਾ। ਦੂਜੀ ਇਸ ਇੱਕ ਪਹਿਲੂ ਇਹਦਾ ਇਹ ਵੀ ਹੈ ਜੀ ਕਿ 1930 ਦਾ ਫੋਰਮੈਟ ਜਿਹੜਾ ਸਰਦਾਰ ਮੋਹਨ ਸਿੰਘ ਉਹਨਾਂ ਨੇ ਸ਼ੁਰੂ ਕੀਤਾ, ਸਾਡੇ ਲੋਕਾਂ ਨੇ ਉਹਦੀ ਅਪਗ੍ਰੇਡੇਸ਼ਨ ਹੀ ਨਹੀਂ ਕੀਤੀ। ਅੱਜ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਮੈਟ੍ਰੀਮੋਨੀਅਲ ਸਰਵਿਸ ਫਰੀ ਹੋਣੀ ਚਾਹੀਦੀ ਹੈ, ਸਰਦਾਰ ਮੋਹਨ ਸਿੰਘ ਹੁਣੀ ਫਰੀ ਕਰ ਸਕਦੇ ਸੀਗੇ ਜੀ, ਜੇ ਸਰਦਾਰ ਮੋਹਨ ਸਿੰਘ ਉਹਨਾਂ ਦੀ ਫੈਮਿਲੀ ਅੱਜ ਉਸੇ ਦੌਰ ਉਸੇ ਰੋਬ ਰੁਤਬੇ 'ਚ ਹੁੰਦੀ ਜਿਸ ਦੌਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ, ਦੁਨੀਆ ਜਾਣਦੀ ਹੈ ਕੋਕਾ ਕੋਲਾ, ਕੈਂਪਾ ਕੋਲਾ, ਲੀ ਮੈਰੀਡੀਅਨ ਹੋਟਲ ਅਤੇ ਹੋਰ ਇਹ ਸਾਰੀਆਂ ਚੀਜ਼ਾਂ ਜਦੋਂ ਬਣੀਆਂ ਅਤੇ ਇਹ ਕਿਵੇਂ ਕਿਵੇਂ ਚੱਲਦਾ ਸੀ, ਅਤੇ ਅੱਜ ਹੁੰਦਾ ਤਾਂ ਅੱਜ ਅੰਬਾਨੀਆਂ ਅਡਾਨੀਆਂ ਦੇ ਬਰਾਬਰ ਦੇ ਹੁੰਦੇ, ਉਹ ਤੋਂ ਵੱਧ ਹੀ ਹੁੰਦੇ ਸਮਾਂ 'ਤੇ, ਪਰ ਸਮੇਂ ਨੇ ਪਲਟੀ ਖਾ ਲਈ ਜੀ। ਸੋ ਅੱਜ ਕਿਹੜਾ ਇੱਕ ਇਹੋ ਜਿਹਾ ਬੰਦਾ ਹੈਗਾ ਬਰਾਦਰੀ ਦਾ ਜਿਹੜਾ ਕਿ ਇਹ ਸਾਰੀ ਰਿਸਪੋਂਸੀਬਿਲਟੀ ਲੈ ਸਕਦਾ, ਲੱਖਾਂ ਰੁਪਏ ਦਾ ਖਰਚ ਜਿਹੜਾ ਮਹੀਨੇ ਦਾ ਹੈਗਾ ਜੇ ਕੋਈ ਬੰਦਾ ਚੱਕ ਸਕਦਾ, ਅਤੇ ਸਾਡੇ 'ਚ ਜਿੰਨੀ ਗੁੰਜਾਇਸ਼ ਸੀਗੀ ਜੀ ਅਸੀਂ 7 ਸਾਲ ਇਹਨੂੰ ਧੱਕਾ ਲਾਇਆ, ਆਪਣੇ ਪੱਲਿਓਂ ਲਾਇਆ, ਬਹੁਤ ਸਾਰਾ ਖਰਚਾ ਪੱਲਿਓਂ ਕਰਦੇ ਰਹੇ, ਲੋਕਾਂ ਦੇ ਨਾਮ ਵੀ ਲੈਂਦੇ ਰਹੇ ਕਿ ਜੀ ਫਲਾਣੇ ਸਾਡੇ ਵੱਡੇ ਨੇ ਜੀ, ਉਹ ਕਰ ਰਹੇ ਨੇ ਉਹ ਕਰ ਰਹੇ ਨੇ, ਝੂਠ ਹੀ ਬੋਲ ਬੋਲ ਕੇ ਸਿਰਫ ਇੱਕ ਔਰਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਨਾਲ ਸ਼ਾਇਦ ਲੋਕ ਜੁੜਨ ਲੱਗ ਪੈਣ, ਲੋਕਾਂ ਨੂੰ ਇਹ ਦਿਖਦਾ ਹੋਵੇ ਕਿ ਵੀ ਅਸੀਂ ਵੀ ਇਸ ਚੀਜ਼ 'ਚ ਰਿਸਪੋਂਸੀਬਿਲਟੀ ਲਈਏ, ਪਰ ਨਹੀਂ ਉਹ ਚੀਜ਼ਾਂ ਕਾਮਯਾਬ ਹੋ ਸਕੀਆਂ। ਸੋ ਐਟ ਦੀ ਐਂਡ ਸਾਨੂੰ ਇਹਨੂੰ ਇੱਕ ਮਤਲਬ ਕਿ ਇੱਕ ਨੋਮੀਨਲ ਫੀਸਿਸ ਦੇ ਵਿੱਚ ਇਹਨੂੰ ਲਿਆਉਣਾ ਪਿਆ। ਜੇ ਬਰਾਦਰੀ ਦੇ ਪਰਿਵਾਰ ਸਿਰਫ ਉਹ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਇਸ ਮੈਗਜ਼ੀਨ ਦੇ ਜ਼ਰੀਏ ਹੋਏ ਨੇ, ਹਜ਼ਾਰਾਂ ਪਰਿਵਾਰ ਨੇ ਸਾਡੇ ਕੋਲ ਡਾਟਾ ਸਾਰਾ, ਅਤੇ ਜੇ ਉਹੀ ਪਰਿਵਾਰ ਇੱਕ ਮਿਨੀਮਮ ਕੰਟਰੀਬਿਊਸ਼ਨ 'ਤੇ ਬਰਾਦਰੀ ਨਾਲ ਜੁੜ ਗਏ ਹੁੰਦੇ ਨਾ ਜੀ, ਅਤੇ ਅੱਜ ਇਹ ਸਾਰੀ ਚੀਜ਼ ਆਟੋਮੈਟਿਕਲੀ ਤੁਰੀ ਫਿਰਦੀ ਸੀ। ਅੱਜ ਸਾਡੇ ਕੋਲ ਕੋਈ ਸਾਨੂੰ ਇਹ ਕਿਸੇ ਆਏ ਹੋਏ ਪਰਿਵਾਰ ਤੋਂ ਕੋਈ ਫੀਸ ਲੈਣ ਦੀ ਜ਼ਰੂਰਤ ਹੀ ਨਾ ਪੈਂਦੀ। ਪਰ ਤ੍ਰਾਸਦੀ ਇਹ ਹੈ ਇਸ ਗੱਲ ਦੇ ਵਿੱਚ ਕਿ ਪਰਿਵਾਰ ਸਾਡੇ ਕੋਲ ਆ ਕੇ ਬਹਿੰਦੇ ਨੇ ਜੀ, ਸਾਡਾ ਤਾਂ ਨਾ ਵਿਆਹ ਜੀ ਅਮਰਨਾਥ ਆਲੂਵਾੜੀਆ ਜੀ ਦੇ ਮੈਗਜ਼ੀਨ ਜਿਹੜੀ ਚੱਲਦੀ ਸੀ ਉਹਦੇ ਜ਼ਰੀਏ ਹੋਇਆ ਸੀਗਾ ਜੀ, ਫਿਰ ਅੱਜ ਅਸੀਂ ਆਏ ਹਾਂ, ਅੱਜ ਅਸੀਂ ਪੁੱਛਿਆ ਕਿ ਬਈ ਅੱਜ ਮੈਗਜ਼ੀਨ ਕਿਹੜੀ ਚੱਲਦੀ ਹੈ, ਸਾਨੂੰ ਤੁਹਾਡਾ ਪਤਾ ਲੱਗਿਆ ਸੀ, ਤੁਹਾਡੇ ਕੋਲ ਆਏ ਹਾਂ। 35 ਸਾਲ ਪਹਿਲਾਂ ਇੱਕ ਦੇ ਜ਼ਰੀਏ ਹੋਇਆ, ਅਤੇ ਅੱਜ 35 ਸਾਲਾਂ ਬਾਅਦ ਫਿਰ ਬਰਾਦਰੀ ਦੀ ਯਾਦ ਉਦੋਂ ਹੀ ਆਈ ਜਦੋਂ ਬੱਚਾ ਵਿਆਹਣਾ, ਫਿਰ ਅੱਜ ਬੱਚੇ ਦਾ ਵਿਆਹ ਹੋ ਜਾਣਾ ਤਾਂ 35 ਸਾਲ ਫਿਰ ਨਹੀਂ ਆਉਣਾ ਜੀ। ਸੋ ਇਹ ਬੜੀ ਪ੍ਰੋਬਲਮ ਹੈ ਸਾਡੇ ਪਰਿਵਾਰਾਂ ਦੀ, ਅਤੇ ਲੋਕਾਂ ਨੂੰ ਇਹ ਲੱਗਦਾ ਕਿ ਵੀ ਬਰਾਦਰੀ 'ਚ ਰੱਖਿਆ ਕੀ ਹੈ ਜੀ, ਬਰਾਦਰੀ ਦਾ ਕੀ ਹੈ ਜੀ, ਕੋਈ ਨਹੀਂ ਜੀ, ਇਹ ਤਾਂ ਚੱਲੀ ਜਾਣਾ ਜੀ। ਗੁਰਦੁਆਰਾ ਸਾਹਿਬ ਲੁਧਿਆਣੇ ਦੇ ਵਿੱਚ ਅਸੀਂ ਪੰਜਾਬ ਪੱਧਰ ਦਾ ਸਮਾਗਮ ਕਰਦੇ ਹਾਂ ਜੀ, ਸਾਰੇ ਆਫਿਸ ਬੇਰਸ ਪਹੁੰਚਦੇ ਨੇ, ਚਲੋ ਹੋਰ ਪਰਿਵਾਰ ਨੇੜੇ ਤੋਂ ਪਹੁੰਚਦੇ ਨੇ, ਸਾਡੇ ਗੁਰਦੁਆਰੇ ਦਾ ਹਾਲ ਤੱਕ ਭਰਨਾ ਮੁਸ਼ਕਿਲ ਹੋ ਜਾਂਦਾ, ਇੰਨੇ ਕੁ ਲੋਕ ਕੀ ਹੁਣ ਲਫ਼ਜ਼ ਵਰਤੀ ਉਹਨਾਂ ਵਾਸਤੇ ਕਿ ਵੀ ਆ ਕੇ ਰਾਜ਼ੀ ਨਹੀਂ ਹੈਗੇ ਜੀ। ਅਤੇ ਵੈਸੇ ਬਰਾਦਰੀ ਨੂੰ ਜਦੋਂ ਭੋਗਾਂ 'ਤੇ ਵਿਆਹਾਂ 'ਤੇ ਜਾਂ ਹੋਰ ਕਿਤੇ ਇਕੱਠੇ ਹੋਣਗੇ ਤਾਂ ਫਿਰ ਬਰਾਦਰੀ ਬਾਰੇ ਬੜੀਆਂ ਗੱਲਾਂ ਹੁੰਦੀਆਂ ਨੇ ਕਿ ਬਰਾਦਰੀ ਕੀ ਕਰ ਰਹੀ ਹੈ, ਬਰਾਦਰੀ ਕੁਛ ਨਹੀਂ ਹੈਗੀ, ਉਹ ਬਰਾਦਰੀ ਉਹ ਫਲਾਣਾ ਕੀ ਕਰ ਰਿਹਾ, ਉਹ ਢਮਕਾਣਾ ਕੀ ਕਰ ਰਿਹਾ, ਇਹ ਨਹੀਂ ਦੇਖਦੇ ਕਿ ਅਸੀਂ ਉਹਦੇ ਵਿੱਚ ਕੀ ਕੰਟਰੀਬਿਊਟ ਕਰ ਰਹੇ ਹਾਂ, ਸਾਡੀ ਉਹਦੇ ਵਿੱਚ ਕੀ ਰਿਸਪੋਂਸੀਬਿਲਟੀ ਬਣਦੀ ਹੈ, ਅਤੇ ਅਸੀਂ ਉਹ ਤੋਂ ਕਿਵੇਂ ਮੁਨਕਰ ਹੋ ਰਹੇ ਹਾਂ। ਪਰ ਚਲੋ ਇਹ ਲੰਮੀਆਂ ਗੱਲਾਂ ਨੇ ਜੀ, ਅਸੀਂ ਜਿਹੜਾ ਮਿਸ਼ਨ ਫੜਿਆ ਹੋਇਆ ਇਹਨੂੰ ਸਿਰੇ ਤੱਕ ਲਾਵਾਂਗੇ ਜੀ, ਜੋ ਵੀ ਇਹਦੇ ਵਿੱਚ ਕਰਨ ਦੀ ਲੋੜ ਹੋਊਗੀ ਅਸੀਂ ਉਹ ਕਰਾਂਗੇ, ਉਦੋਂ ਬਿਲਕੁਲ ਵੀ ਉਹ 'ਚ ਕੋਈ ਅਸੀਂ ਕਿਰਕ ਨਹੀਂ ਰਹਿਣ ਦੇਵਾਂਗੇ ਜੀ। ਪਰ ਇਹ ਸਾਰਿਆਂ ਨੂੰ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਪਲੀਜ਼ ਇਹਦੇ ਵਿੱਚ ਆਪਣੀ ਰਿਸਪੋਂਸੀਬਿਲਟੀ ਮੰਨੋ ਜੀ, ਅਤੇ ਆਪਾਂ ਰਲ ਕੇ ਇਸ ਚੀਜ਼ ਨੂੰ 10 ਸਾਲ ਕੰਪਲੀਟ ਜਿਹੜੇ ਅੱਜ ਆਪਾਂ ਕੀਤੇ ਨੇ ਇਹਨੂੰ ਇਹੋ ਜਿਹਾ ਕਰੀਏ ਕਿ ਇਹ ਸਾਡੇ ਜਾਣ ਤੋਂ ਬਾਅਦ ਵੀ ਚੱਲਦਾ ਰਹੇ, ਰੁਕੇ ਨਾ, ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ
ਜਿਹੜੇ ਇਹਦੇ ਵਿੱਚ ਆਰਟੀਕਲਸ ਨੇ ਅਸੀਂ ਕੀਤੇ। ਇੱਕ ਇੱਕ ਆਰਟੀਕਲ ਕਰਨ ਵਾਸਤੇ ਸਾਨੂੰ ਪਤਾ 200-300-300 ਕਿਲੋਮੀਟਰ ਗੱਡੀ ਚਲਾ ਕੇ ਜਾਣਾ, ਉੱਥੇ ਜਾ ਕੇ ਸਾਰਾ ਮਟੀਰੀਅਲ ਇਕੱਠਾ ਕਰਨਾ, ਫੋਟੋਗ੍ਰਾਫਸ ਖਿੱਚਣੀਆਂ, ਫਿਰ ਉਹਨੂੰ ਇੱਕ ਆਰਟੀਕਲ ਦੀ ਸ਼ੇਪ ਦੇਣੀ, ਕਵਰ ਸਟੋਰੀਜ਼ ਬਣਾਉਣੀਆਂ, ਇਹ ਸਾਰੇ ਕਰਨ ਦੇ ਵਿੱਚ ਐਫਰਟ ਲੱਗਦਾ ਜੀ, ਬਹੁਤ ਐਫਰਟ ਲੱਗਦਾ, ਪੈਸੇ ਲੱਗਦੇ ਨੇ, ਟਾਈਮ ਲੱਗਦਾ, ਆਮ ਬੰਦੇ ਨਹੀਂ ਕਰ ਪਾਉਂਦੇ। ਜੇ ਅਸੀਂ ਦੇਖੀਏ ਕਿ ਵੀ ਬਹੁਤ ਲੋਕ ਬਹੁਤ ਰਿਸੋਰਸਫੁੱਲ ਨੇ, ਸਾਡੇ ਤੋਂ ਵੱਧ ਰਿਸੋਰਸਫੁੱਲ ਨੇ ਬਰਾਦਰੀ ਦੇ ਬਹੁਤ ਪਰਿਵਾਰ, ਜਿਹਨਾਂ ਕੋਲ ਸਾਡੇ ਤੋਂ ਵੱਧ ਦੀਆਂ ਆਮਦਨਾਂ ਨੇ, ਸਾਡੇ ਕੋਲ ਵੱਧ ਰਿਸੋਰਸਿਸ ਨੇ, ਵੱਧਦਾ ਸਾਰਾ ਸਿਸਟਮ ਹੈ, ਲੇਕਿਨ ਬਰਾਦਰੀ 'ਚ ਇੰਟਰਸਟ ਨਹੀਂ ਹੈਗਾ, ਅਤੇ ਇਸ ਕਰਕੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ। ਸੋ ਸਾਨੂੰ ਇਹ ਚੈਨਲ, ਇਸ ਮੈਗਜ਼ੀਨ, ਇਹ ਪਲੇਟਫਾਰਮ ਮੈਟਰੀਮੋਨੀਅਲ ਦਾ, ਇਹਨੂੰ ਹੋਰ ਤਕੜਾ ਕਰਨ ਦੀ ਲੋੜ ਹੈ, ਅਤੇ ਜੇ ਸਾਰੇ ਰਲਾਂਗੇ। ਮੈਂ ਪਿਛਲੀ ਮੀਟਿੰਗ ਜਿਹੜੀ 12 ਫਰਵਰੀ ਨੂੰ ਇੱਕ ਮੀਟਿੰਗ ਹੋਈ ਜੀ, ਅਤੇ ਫਿਰ ਆਪਾਂ ਮਈ ਦੇ ਮਹੀਨੇ 'ਚ ਜਿਹੜੀ ਮੀਟਿੰਗ ਕੀਤੀ, ਜੁਲਾਈ ਦੇ ਮਹੀਨੇ 'ਚ ਜਿਹੜੀ ਮੀਟਿੰਗ ਕੀਤੀ, ਉਹਦੇ ਵਿੱਚ ਮੈਂ ਖਾਸ ਤੌਰ 'ਤੇ ਇਹ ਗੱਲ ਕਹੀ ਸੀ ਕਿ ਜੀ ਅਸੀਂ 1000 ਪਰਿਵਾਰ ਡੈਡੀਕੇਟਿਡ ਪੂਰੀ ਦੁਨੀਆ ਦੇ ਵਿੱਚ ਮੈਨੂੰ ਦੇ ਦਿੱਤੇ ਜਾਣ, ਅਤੇ ਫਿਰ ਮੈਗਜ਼ੀਨ, ਚੈਨਲ, ਮੈਟਰੀਮੋਨੀਅਲ ਸਰਵਿਸ ਫਰੀ, ਉਹ ਤੋਂ ਬਾਅਦ ਹਰ ਸ਼ਹਿਰ ਦੇ ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਬੁੱਤ, ਦਰਬਾਰ ਸਾਹਿਬ ਦੇ ਵਿੱਚ ਨੇੜੇ ਸਾਡੀ ਸਰਾਂ, ਅਤੇ ਹੋਰ ਜਿੰਨੇ ਹਿਸਟੋਰੀਕਲ ਮੋਨੂਮੈਂਟ ਸਾਡੇ ਡਿਮੋਲਿਸ਼ ਹੋਏ ਹੋਏ ਨੇ, ਰੀਕੰਸਟਰਕਟ ਹੋਣ ਵਾਲੇ ਨੇ, ਜਾਂ ਜਿੰਨੀਆਂ ਵੀ ਇਹ ਸਾਡੀਆਂ ਪਰੇਸ਼ਾਨੀਆਂ ਬਰਾਦਰੀ ਦੀਆਂ ਹਜੇ ਤੱਕ ਖੜੀਆਂ ਨੇ, ਉਹ ਨਾ ਟੈਕਲ ਹੋਣ ਤਾਂ ਫਿਰ ਮੈਂ ਜ਼ਿੰਮੇਵਾਰ। ਪਰ ਉਹਦੇ ਵਾਸਤੇ ਸਾਨੂੰ 1000 ਪਰਿਵਾਰ ਵਰਲਡ ਵਾਈਡ ਡੈਡੀਕੇਟਿਡ ਚਾਹੀਦਾ, ਜਿਹੜਾ ਕਿ ਤਨੋ ਮਨੋ ਤਨੋ ਬਰਾਦਰੀ ਨਾਲ ਚੱਲਣ ਵਾਲਾ ਹੋਵੇ। ਸੋ ਇਹ ਗੱਲਾਂ ਤਾਂ ਬਹੁਤ ਲੰਬੀਆਂ ਨੇ ਜੀ, ਮੈਂ ਕਰਾਂਗਾ ਹੋਰ ਬਹੁਤ ਅੱਗੇ ਚੱਲ ਜਾਵਾਂਗੇ, ਪਰ ਇਹ ਅੱਜ ਦੀ ਇਹ ਵੀਡੀਓ 'ਚ ਮੈਂ ਉਹਨਾਂ ਸਾਰਿਆਂ ਦਾ ਆਭਾਰੀ ਹਾਂ ਜਿਨ੍ਹਾਂ ਨੇ ਇਸ ਮੈਗਜ਼ੀਨ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਾਥ ਦਿੱਤਾ, ਅਤੇ ਉਮੀਦ ਕਰਦਾ ਕਿ ਆਪਾਂ ਰਲ ਕੇ ਇਸ ਚੀਜ਼ ਨੂੰ ਹੋਰ ਅੱਗੇ ਵਧਾਵਾਂਗੇ, ਅਤੇ ਹਜੇ ਬਹੁਤ ਦੂਰ ਤੱਕ ਅਸੀਂ ਲੈ ਕੇ ਜਾਵਾਂਗੇ, ਅਤੇ ਅੱਗੇ ਦੀ ਤਿਆਰੀ ਕਰਕੇ ਨਵੀਂ ਪੀੜ੍ਹੀ ਨੂੰ ਫੜਾਉਂਦੇ ਹੋਏ ਜਾਵਾਂਗੇ। ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।